ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ। ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ, ਡਰ ਅਤੇ ਨੈਗੇਟਿਵਿਟੀ ਨਕਾਰਾਤਮਕਤਾ ਕਿੱਥੋਂ ਆਉਂਦੀ ਹੈ ਅਤੇ ਇਸ ਦਾ ਕੀ ਹੱਲ ਹੈ। ਸੋ ਦੋਸਤੋ, ਅਕਸਰ ਹੀ ਅਸੀਂ ਬਹੁਤ ਜ਼ਿਆਦਾ ਐਸੇ ਲੋਕ ਦੇਖੇ ਹਨ ਜੋ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਰਹਿੰਦੇ ਹਨ। ਉਹਨਾਂ ਦੇ ਅੰਦਰ ਇੱਕ ਅਜੀਬ ਜਿਹਾ ਡਰ ਉਹਨਾਂ ਨੂੰ ਸਤਾਉਂਦਾ ਰਹਿੰਦਾ ਹੈ, ਉਹਨਾਂ ਨਿੱਕੀ ਨਿੱਕੀ ਗੱਲ ਤੋਂ ਡਰ ਲੱਗਦਾ ਰਹਿੰਦਾ ਹੈ, ਜਿਸ ਦੀ ਵਜ੍ਹਾ ਕਰਕੇ ਉਹਨਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਨਰਕ ਹੋ ਜਾਂਦੀ ਹੈ। ਐਸੇ ਵਿੱਚ ਇਹ ਡਰ ਅਤੇ ਨੈਗੇਟਿਵਿਟੀ ਆਉਂਦੀ ਕਿੱਥੋਂ ਹੈ? ਇਸ ਦੇ ਪਿੱਛੇ ਦਾ ਬਹੁਤ ਵੱਡਾ ਕਾਰਨ ਜੋ ਹੈ ਉਹ ਸਾਡੇ ਸਾਰੇ ਪਰਿਵਾਰਾਂ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਆਮ ਪਾਇਆ ਜਾਂਦਾ ਹੈ। ਡਰ ਸਾਡੇ ਨਾਲ ਵਾਪਰਨ ਵਾਲੀਆਂ ਕੁਝ ਨਕਾਰਾਤਮਕ ਮਾੜੀਆਂ ਘਟਨਾਵਾਂ ਦੇ ਕਰਕੇ ਸਾਡੇ ਅੰਦਰ ਪਣਪਦਾ ਹੈ, ਜਾਂ ਫਿਰ ਸਾਨੂੰ ਬਚਪਨ ਦੇ ਵਿੱਚ ਜਦੋਂ ਕਿਸੇ ਚੀਜ਼ ਦੇ ਬਾਰੇ ਨਕਾਰਾਤਮਕ ਗੱਲਾਂ ਦੱਸੀਆਂ ਜਾਂਦੀਆਂ ਹਨ, ਜਾਂ ਕਿਸੇ ਜੀਵ ਤੋਂ, ਕਿਸੇ ਇਨਸਾਨ ਤੋਂ, ਕਿਸੇ ਚੀਜ਼ ਤੋਂ ਡਰਾਇਆ ਜਾਂਦਾ ਹੈ, ਤਾਂ ਉਹ ਡਰ ਸਾਡੇ ਮਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਘਰ ਬਣਾ ਲੈਂਦਾ ਹੈ। ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਡਰ ਸਾਡੇ ਜੀਵਨ ਦੇ ਵਿੱਚ ਪੱਕੇ ਤੌਰ 'ਤੇ ਸ਼ਾਮਲ ਹੋ ਜਾਂਦਾ ਹੈ, ਜਿਸ ਦੀ ਵਜ੍ਹਾ ਦੇ ਕਰਕੇ ਮਨੁੱਖ ਡਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਡਰ ਹੋਰ ਜ਼ਿਆਦਾ ਨਕਾਰਾਤਮਕ ਘਟਨਾਵਾਂ ਨੂੰ ਅੰਦਰੋਂ ਸਿਰਜਣਾ ਸ਼ੁਰੂ ਕਰ ਦਿੰਦਾ ਹੈ, ਜਿਸ ਦੀ ਵਜ੍ਹਾ ਕਰਕੇ ਇਨਸਾਨ ਹੋਰ ਜ਼ਿਆਦਾ ਦੁਖੀ ਹੁੰਦਾ ਜਾਂਦਾ ਹੈ। ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੋ ਡਰ ਵਿੱਚ ਜੀ ਰਿਹਾ ਹੈ, ਕਦੇ ਖੁਸ਼ੀਆਂ ਨਹੀਂ ਪਣ ਪਕਾਉਂਦੀਆਂ। ਐਸਾ ਇਨਸਾਨ ਸਦਾ ਹੀ ਡਰ ਦੇ ਵਿੱਚ ਰਹਿੰਦਾ ਹੈ, ਬਿਮਾਰੀ ਦੇ ਵਿੱਚ ਰਹਿੰਦਾ ਹੈ। ਉਹ ਇੱਕ ਦੁੱਖ ਤੋਂ ਛੁਟਕਾਰਾ ਪਾਉਂਦਾ ਹੈ ਅਤੇ ਉਸ ਦੀ ਜ਼ਿੰਦਗੀ ਵਿੱਚ ਦੂਸਰਾ ਦੁੱਖ ਖੜਾ ਹੁੰਦਾ ਹੈ, ਜਿਸ ਦੀ ਵਜ੍ਹਾ ਦੇ ਕਰਕੇ ਉਸ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਜਾਂ ਤਾਂ ਫਿਰ ਉਸਨੂੰ ਕਿਸੇ ਬਿਮਾਰੀ ਦਾ ਡਰ ਸਤਾਉਂਦਾ ਰਹਿੰਦਾ ਹੈ, ਜਾਂ ਉਸਨੂੰ ਇੰਝ ਲੱਗਦਾ ਰਹਿੰਦਾ ਹੈ ਕਿ ਉਸ ਦੇ ਨਾਲ ਕੁਝ ਮਾੜਾ ਹੋਵੇਗਾ, ਜਾਂ ਫਿਰ ਉਸਨੂੰ ਇੰਝ ਲੱਗਦਾ ਰਹਿੰਦਾ ਹੈ ਕਿ ਉਸ ਦੇ ਘਰ ਵਿੱਚ ਕੁਛ ਮਾੜਾ ਹੋਵੇਗਾ, ਉਸਦੇ ਪਰਿਵਾਰ ਦੇ ਨਾਲ ਕੁਛ ਮਾੜਾ ਹੋਵੇਗਾ। ਇਸ ਤਰ੍ਹਾਂ ਦਾ ਡਰ ਉਸਨੂੰ ਹਰ ਵਕਤ ਸਤਾਉਂਦਾ ਰਹਿੰਦਾ ਹੈ ਅਤੇ ਜਿਸ ਦੀ ਵਜ੍ਹਾ ਕਰਕੇ ਉਹ ਉਸ ਦੇ ਜੀਵਨ ਦੀ ਊਰਜਾ ਇਹ ਡਰ ਦੀ ਵਜ੍ਹਾ ਕਰਕੇ ਚੂਸੀ ਜਾਂਦੀ ਹੈ। ਮਨ ਦੇ ਵਿੱਚ ਅਜੀਬ ਅਜੀਬ ਜਿਹੇ ਖਿਆਲ ਆਉਂਦੇ ਰਹਿੰਦੇ ਨੇ। ਐਸਾ ਇਨਸਾਨ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਡਰ ਡਰ ਕੇ ਜਿਉਂਦਾ ਹੈ। ਐਸੇ ਇਨਸਾਨ ਦੇ ਚਿਹਰੇ ਦਾ ਨੂਰ ਖਤਮ ਹੋ ਜਾਂਦਾ ਹੈ, ਐਸੇ ਇਨਸਾਨ ਦੇ ਹਾਸੇ ਵਿੱਚ ਅਸਲ ਖੁਸ਼ੀ ਨਹੀਂ ਰਹਿੰਦੀ। ਜੋ ਇਨਸਾਨ ਡਰ ਦੇ ਵਿੱਚ ਰਹਿੰਦਾ ਹੈ, ਨਕਾਰਾਤਮਕ ਰਹਿੰਦਾ ਹੈ, ਉਸ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਵਾਰ ਵਾਰ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਸਦੇ ਮਨ ਦੇ ਵਿੱਚ ਡਰ ਨੇ, ਨੈਗੇਟਿਵਿਟੀ ਨੇ ਆਪਣਾ ਜੜ ਪ੍ਰਸਾਰ ਲਈ ਹੈ, ਆਪਣਾ ਘਰ ਬਣਾ ਲਿਆ ਹੈ। ਇਹ ਡਰ ਅਤੇ ਨੈਗੇਟਿਵਿਟੀ ਆਉਂਦੀ ਕਿੱਥੋਂ ਹੈ? ਸਾਡੇ ਪਰਿਵਾਰਾਂ ਦੇ ਵਿੱਚ ਜਦੋਂ ਸਾਡਾ ਬੱਚਾ ਛੋਟਾ ਹੁੰਦਾ ਹੈ ਅਤੇ ਉਸਨੂੰ ਕਿਸੇ ਚੀਜ਼ ਦਾ ਡਰਾਵਾ ਪਾਉਣ ਦੇ ਲਈ ਮਾਪੇ ਕਹਿੰਦੇ ਹਨ, ਤੂੰ ਬਾਹਰ ਨਾ ਜਾਈ, ਬਾਹਰ ਮਾਊ ਫਿਰਦਾ ਹੈ, ਬਾਹਰ ਤੈਨੂੰ ਕੁੱਤਾ ਵੱਢ ਲਵੇਗਾ, ਬੱਚੇ ਦਾ ਮਨ ਬਹੁਤ ਕੋਮਲ ਹੁੰਦਾ ਹੈ। ਬੱਚੇ ਨੂੰ ਆਪਣੀ ਮਾਂ ਦੀ ਹਰ ਇੱਕ ਗੱਲ ਸੱਚੀ ਲੱਗਦੀ ਹੈ ਜੋ ਮਾਂ ਉਸਦੀ ਕਹੇਗੀ। ਜੇਕਰ ਉਸਦੀ ਮਾਂ ਉਸਨੂੰ ਕਹੇਗੀ ਕਿ ਉਹ ਬਹੁਤ ਬਹਾਦਰ ਹੈ, ਉਸਨੂੰ ਕੁਝ ਨਹੀਂ ਹੋਵੇਗਾ, ਤਾਂ ਬੱਚੇ ਦੇ ਮਨ ਦੇ ਵਿੱਚ ਉਹ ਗੱਲ ਛਾਪ ਛੱਡ ਜਾਵੇਗੀ ਅਤੇ ਉਹ ਬੱਚਾ ਬਹਾਦਰ ਬਣੇਗਾ। ਜੇਕਰ ਮਾਂ ਉਸਨੂੰ ਗੱਲ ਗੱਲ 'ਤੇ ਡਰਾਈ ਜਾਊਗੀ, ਨਿੱਕੀ ਨਿੱਕੀ ਗੱਲ 'ਤੇ ਉਸਦੇ ਮਨ 'ਚ ਨਕਾਰਾਤਮਕਤਾ ਭਰੀ ਜਾਊ, ਨੈਗੇਟਿਵਿਟੀ ਭਰੀ ਜਾਊ, ਤਾਂ ਬੱਚਾ ਵੀ ਭਵਿੱਖ ਦੇ ਵਿੱਚ ਡਰ ਅਤੇ ਨਕਾਰਾਤਮਕਤਾ ਦੇ ਨਾਲ ਘਿਰ ਜਾਵੇਗਾ ਅਤੇ ਉਹ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਵਿੱਚ ਚਲਾ ਜਾਵੇਗਾ। ਕਈ ਵਾਰ ਕੀ ਹੁੰਦਾ ਹੈ, ਸਾਡੇ ਘਰ ਦੇ ਵਿੱਚ ਬੱਚਿਆਂ ਨੂੰ ਕੋਈ ਛੋਟੀ ਬਿਮਾਰੀ ਹੁੰਦੀ ਹੈ ਅਤੇ ਸਾਡੀਆਂ ਮਾਵਾਂ ਉਸ ਬਿਮਾਰੀ ਨੂੰ ਵੱਡਾ ਬਣਾ ਦੱਸਦੀਆਂ ਹਨ। ਉਹ ਕਹਿੰਦੀਆਂ ਹਨ, ਤੂੰ ਇੰਝ ਨਾ ਕਰ, ਤੈਨੂੰ ਇੰਝ ਹੋ ਜਾਊਗਾ, ਤੂੰ ਪਾਣੀ ਨਾ ਪੀ, ਇੰਝ ਹੋ ਜਾਊ, ਤੂੰ ਦੁੱਧ ਨਾ ਪੀ, ਇੰਝ ਹੋ ਜਾਊ, ਤੂੰ ਆਹ ਨਾ ਕਰ, ਇੰਝ ਹੋ, ਜਿਸਦੀ ਵਜ੍ਹਾ ਕਰਕੇ ਉਹ ਬੱਚਾ ਉਸ ਨੂੰ ਉਸ ਨਕਾਰਾਤਮਕ ਵਿਚਾਰ ਨੂੰ ਆਪਣੇ ਅੰਦਰ ਇੱਕ ਜਗ੍ਹਾ ਦੇ ਦਿੰਦਾ ਹੈ, ਜਿਸ ਦੀ ਵਜ੍ਹਾ ਕਰਕੇ ਉਹ ਨਕਾਰਾਤਮਕ ਵਿਚਾਰ ਉਸ ਬੱਚੇ ਦੀ ਜ਼ਿੰਦਗੀ ਦੇ ਆ ਹਿੱਸਾ ਬਣ ਜਾਂਦਾ ਹੈ, ਜਿਸ ਦੀ ਵਜ੍ਹਾ ਕਰਕੇ ਉਹ ਬੱਚਾ ਖਾਸ ਤਰ੍ਹਾਂ ਦੇ ਕਿਸੇ ਪਾਣੀ ਤੋਂ, ਦੁੱਧ ਤੋਂ, ਲੱਸੀ ਤੋਂ, ਦਹੀਂ ਤੋਂ ਜਾਂ ਰੋਟੀ ਤੋਂ ਬਿਮਾਰ ਰਹਿਣ ਲੱਗ ਜਾਂਦਾ ਹੈ, ਕਿਉਂਕਿ ਉਸਦੇ ਮਨ ਵਿੱਚ ਇੱਕ ਫੀਡ ਭਰ ਦਿੱਤੀ ਗਈ ਹੈ, ਇੱਕ ਨਕਾਰਾਤਮਕ ਵਿਚਾਰ ਭਰ ਦਿੱਤਾ ਗਿਆ ਹੈ। ਜੇਕਰ ਤੂੰ ਰੋਟੀ ਖਾਵੇਂਗਾ ਤਾਂ ਤੇਰੀ ਰੋਟੀ ਨਾਲ ਅਫੇਵਾ ਆਊਗਾ, ਗੈਸ ਬਣੂਗੀ, ਜਾਂ ਤੈਨੂੰ ਕਣਕ ਐਲਰਜੀ ਕਰੂਗੀ, ਜੇ ਤੂੰ ਦੁੱਧ ਪੀਵੇਂਗਾ ਤੇਰੀ ਛਾਤੀ ਰੁਕ ਜਾਊਗੀ, ਜੇ ਤੂੰ ਲੱਸੀ ਪੀਵੇਂਗਾ ਤੈਨੂੰ ਜ਼ੁਕਾਮ ਹੋ ਜਾਊਗਾ। ਇਸ ਤਰ੍ਹਾਂ ਦੇ ਡਰ, ਇਸ ਤਰ੍ਹਾਂ ਦੀ ਨੈਗੇਟਿਵਿਟੀ ਉਸ ਬੱਚੇ ਦੇ ਮਨ ਵਿੱਚ ਭਰ ਦਿੱਤੀ ਜਾਂਦੀ ਹੈ, ਜਿਹਦੀ ਵਜ੍ਹਾ ਕਰਕੇ ਬੱਚਾ ਇਹਨਾਂ ਚੀਜ਼ਾਂ ਦੇ ਕਾਰਨ ਉਸ ਚੀਜ਼ ਨੂੰ ਆਪਣੇ ਮਨ 'ਚ ਵਸਾ ਲੈਂਦਾ ਹੈ ਅਤੇ ਬਿਮਾਰ ਰਹਿਣ ਲੱਗ ਜਾਂਦਾ ਹੈ। ਦੂਸਰਾ ਡਰ ਜੋ ਸਮਾਜ ਤੋਂ ਮਿਲਦਾ ਹੈ, ਜਦੋਂ ਸਾਡੇ ਨਾਲ ਕੁਝ ਮਾੜੀਆਂ ਘਟਨਾਵਾਂ ਘਟ ਜਾਂਦੀਆਂ ਹਨ ਜਾਂ ਅਸੀਂ ਬਿਮਾਰ ਪੈ ਜਾਂਦੇ ਹਾਂ, ਤਾਂ ਜਦੋਂ ਕੋਈ ਇਨਸਾਨ ਸਾਡਾ ਪਤਾ ਲੈਣ ਆਉਂਦਾ ਹੈ ਤਾਂ ਉਹ ਹੋਰ ਜ਼ਿਆਦਾ ਨਕਾਰਾਤਮਕ ਗੱਲਾਂ ਕਰਦਾ ਹੈ। ਉਹ ਕਹਿੰਦਾ ਹੈ ਕਿ ਮੇਰੇ ਫਲਾਣੇ ਰਿਸ਼ਤੇਦਾਰ ਨੂੰ ਇਹ ਬਿਮਾਰੀ ਹੋਈ ਸੀ, ਉਹਨੂੰ ਇੰਝ ਹੋ ਗਿਆ, ਮੇਰੇ ਫਲਾਣੇ ਰਿਸ਼ਤੇਦਾਰ ਨੂੰ ਇਹ ਬਿਮਾਰੀ ਹੋਈ ਸੀ, ਇੰਝ ਹੋ ਗਿਆ।
ਉਹ ਨੈਗੇਟਿਵਿਟੀ ਬਿਮਾਰ ਇਨਸਾਨ ਦੇ ਮਨ 'ਚ ਹੋਰ ਘਰ ਕਰ ਜਾਂਦੀ ਹੈ ਅਤੇ ਉਹ ਉਸ ਦੇ ਜੀਵਨ ਦੇ ਵਿੱਚ ਉਸ ਬਿਮਾਰੀ ਨੂੰ ਹੋਰ ਵਧਾ ਦਿੰਦੀ ਹੈ। ਕੁਝ ਡਰ ਸਾਡੇ ਨਾਲ ਵਾਪਰੀਆਂ, ਕੁਝ ਪਾਸਟ ਦੀਆਂ ਘਟਨਾਵਾਂ ਹੁੰਦੀਆਂ ਜਾਂ ਸਾਡੇ ਸੱਜਣ ਮਿੱਤਰਾਂ ਦੇ ਨਾਲ ਵਾਪਰੀਆਂ, ਕੁਝ ਪਾਸਟ ਦੀਆਂ ਘਟਨਾਵਾਂ ਹੁੰਦੀਆਂ ਹਨ। ਜਦੋਂ ਸਾਡੇ ਕਿਸੇ ਸੱਜਣ ਮਿੱਤਰ ਦੇ ਨਾਲ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ ਜਾਂ ਸਾਡੇ ਨਾਲ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ, ਅਸੀਂ ਉਸ ਮਾੜੀ ਘਟਨਾ ਦਾ ਡਰ ਮਨ ਦੇ ਵਿੱਚ ਵਸਾ ਲੈਂਦੇ ਹਾਂ ਅਤੇ ਸਾਨੂੰ ਸਾਰੀ ਉਮਰ ਇੰਝ ਲੱਗਦਾ ਰਹਿੰਦਾ ਹੈ ਕਿ ਸਾਡੇ ਨਾਲ ਕੁਝ ਮਾੜਾ ਹੋਊਗਾ, ਸਾਡਾ ਐਕਸੀਡੈਂਟ ਹੋਊਗਾ, ਸਾਨੂੰ ਇੰਝ ਨਾ ਹੋ ਜਾਏ, ਸਾਨੂੰ ਇੰਝ ਨਾ ਹੋ ਜਾਏ। ਇਸ ਤਰ੍ਹਾਂ ਦੇ ਨੈਗੇਟਿਵ ਵਿਚਾਰ ਸਾਨੂੰ ਸਾਰੀ ਜ਼ਿੰਦਗੀ ਤੰਗ ਕਰਦੇ ਹਨ, ਜਿਸ ਦੀ ਵਜ੍ਹਾ ਕਰਕੇ ਸਾਡੀ ਜ਼ਿੰਦਗੀ ਦਾ ਜੋ ਅਧਿਆਤਮਿਕ ਨੂਰ ਹੈ, ਸਾਡੀ ਜ਼ਿੰਦਗੀ ਦਾ ਜੋ ਖੁਸ਼ੀਆਂ ਦਾ ਨੂਰ ਹੈ, ਉਹ ਸਾਡੇ ਚਿਹਰੇ 'ਤੇ ਉੱਡ ਜਾਂਦਾ ਹੈ, ਸਾਡਾ ਚਿਹਰਾ ਬੁੱਢਿਆਂ ਵਰਗਾ ਹੋ ਜਾਂਦਾ ਹੈ, ਸਾਡਾ ਚਿਹਰਾ ਡੱਲ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਇਸ ਨਕਾਰਾਤਮਿਕਤਾ ਅਤੇ ਇਸ ਡਰ ਦੇ ਕੋਲ ਛੁਟਕਾਰਾ ਕਿਵੇਂ ਪਾਈਏ? ਸਾਨੂੰ ਜਨਮ ਤੋਂ ਲੈ ਕੇ ਜਵਾਨੀ ਤੱਕ, ਜਵਾਨੀ ਤੋਂ ਬੁਢਾਪੇ ਤੱਕ ਸਾਡੇ ਸਮਾਜ ਦੇ ਵਿੱਚੋਂ ਬਹੁਤ ਜ਼ਿਆਦਾ ਨੈਗੇਟਿਵ ਵਿਚਾਰ ਮਿਲੇ ਹਨ, ਜਿਨ੍ਹਾਂ ਨੈਗੇਟਿਵ ਵਿਚਾਰਾਂ ਨੂੰ ਅਸੀਂ ਆਪਣੇ ਮਨ ਦੇ ਵਿੱਚ ਸਟੋਰ ਕਰਕੇ ਰੱਖ ਲਿਆ ਹੈ ਅਤੇ ਉਹ ਨੈਗੇਟਿਵ ਵਿਚਾਰ ਸਾਨੂੰ ਸਾਰੀ ਜ਼ਿੰਦਗੀ ਤੰਗ ਕਰਦੇ ਹਨ। ਉਹ ਨੈਗੇਟਿਵ ਵਿਚਾਰ ਅਸੀਂ ਗਾਂਹ ਵੀ ਵੰਡਦੇ ਹਾਂ, ਹੋਰਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਵੀ ਵੰਡਦੇ ਹਾਂ ਅਤੇ ਅਸੀਂ ਉਸ ਨੈਗੇਟਿਵ ਵਿਚਾਰਾਂ ਨੂੰ ਪੂਰੇ ਸੰਸਾਰ ਵਿੱਚ ਵੰਡ ਦਿੰਦੇ ਹਾਂ। ਹੁਣ ਇਹਨਾਂ ਨੈਗੇਟਿਵ ਵਿਚਾਰਾਂ ਤੋਂ ਛੁਟਕਾਰਾ ਪਾਉਣ ਦੇ ਲਈ ਸਾਨੂੰ ਆਪਣੇ ਮਨ ਦੀ ਰੀਪ੍ਰੋਗਰਾਮਿੰਗ ਕਰਨੀ, ਪ੍ਰੋਗਰਾਮਿੰਗ ਕਰਨੀ ਹੋਊਗੀ। ਸਾਨੂੰ ਆਪਣੇ ਮਨ ਦੇ ਵਿੱਚੋਂ ਨੈਗੇਟਿਵ ਵਿਚਾਰ ਅਤੇ ਪੋਜ਼ਿਟਿਵ ਵਿਚਾਰਾਂ ਨੂੰ ਅਲੱਗ ਕਰਨਾ ਹੋਵੇਗਾ, ਸਾਨੂੰ ਆਪਣੇ ਮਨ ਦੇ ਵਿੱਚ ਫਿਲਟਰ ਲਾਉਣਾ ਹੋਵੇਗਾ, ਛਾਣਨੀ ਲਾਉਣੀ ਹੋਵੇਗੀ, ਜਿਸ ਦੀ ਵਜ੍ਹਾ ਕਰਕੇ ਅਸੀਂ ਇਹਨਾਂ ਨਕਾਰਾਤਮਿਕ ਵਿਚਾਰਾਂ ਤੋਂ, ਇਸ ਡਰ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ। ਸਾਨੂੰ ਦੇਖਣਾ ਹੋਵੇਗਾ ਕਿ ਕਿਹੜੀ ਚੀਜ਼ ਅਸੀਂ ਚਾਹੁੰਦੇ ਹਾਂ ਜੋ ਸਾਡੀ ਜ਼ਿੰਦਗੀ 'ਚ ਵਾਪਰੇ ਅਤੇ ਕਿਹੜੀ ਚੀਜ਼ ਅਸੀਂ ਨਹੀਂ ਚਾਹੁੰਦੇ ਸਾਡੀ ਜ਼ਿੰਦਗੀ 'ਚ ਨਾ ਵਾਪਰੇ। ਜਿਹੜੀ ਚੀਜ਼ ਅਸੀਂ ਜ਼ਿੰਦਗੀ 'ਚ ਨਹੀਂ ਬਚਾਉਂਦੇ, ਉਸ ਚੀਜ਼ ਬਾਰੇ ਕਦੇ ਵੀ ਵਿਚਾਰ ਨਾ ਕਰੋ, ਉਸ ਚੀਜ਼ ਬਾਰੇ ਕਦੇ ਵੀ ਗੱਲ ਨਾ ਕਰੋ। ਜਦੋਂ ਤੁਸੀਂ ਉਸ ਨਕਾਰਾਤਮਕ ਚੀਜ਼ ਬਾਰੇ ਗੱਲ ਕਰਨੀ ਬੰਦ ਕਰ ਦਿਓ ਤਾਂ ਹੌਲੀ ਹੌਲੀ ਉਹ ਚੀਜ਼, ਉਹ ਮਾੜੀ ਚੀਜ਼ ਵਿਚਾਰ ਤੁਹਾਡੀ ਜ਼ਿੰਦਗੀ 'ਚੋਂ ਖਤਮ ਹੋਣਾ ਸ਼ੁਰੂ ਹੋ ਜਾਵੇਗਾ। ਅਤੇ ਜੇਕਰ ਚੰਗੇ, ਜਿਹੜੀ ਚੰਗੇ ਚੀਜ਼ਾਂ ਚਾਹੁੰਦੇ ਤੁਸੀਂ ਉਹਨਾਂ ਚੀਜ਼ਾਂ ਬਾਰੇ ਵਿਚਾਰ ਕਰਨੀ ਸ਼ੁਰੂ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਚੰਗੀਆਂ ਘਟਨਾਵਾਂ ਵਾਪਰਨੀ ਸ਼ੁਰੂ ਹੋ ਜਾਣਗੀਆਂ, ਤੁਹਾਡੇ ਚਿਹਰੇ ਦਾ ਨੂਰ ਵਾਪਸ ਆ ਜਾਵੇਗਾ, ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਖੇਡਣੀਆਂ ਸ਼ੁਰੂ ਹੋ ਜਾਣਗੀਆਂ। ਸੋ ਇਸ ਲਈ ਆਪਣੇ ਜ਼ਿੰਦਗੀ ਦੇ ਵਿੱਚ ਕਦੇ ਵੀ ਨਕਾਰਾਤਮਿਕ ਵਿਚਾਰਾਂ ਨੂੰ ਜਗ੍ਹਾ ਨਾ ਦਿਓ। ਜੇਕਰ ਕੋਈ ਇਨਸਾਨ ਤੁਹਾਡੇ ਨਾਲ ਨਕਾਰਾਤਮਿਕ ਗੱਲਬਾਤ ਕਰਦਾ ਹੈ ਤਾਂ ਉਸ ਇਨਸਾਨ ਨੂੰ ਇਹ ਕਹਿ ਕੇ ਟਾਲ ਦਿਓ, ਜੇਕਰ ਕੋਈ ਮਾੜੀ ਗੱਲ ਕਰ ਫਲਾਨਾ ਬੰਦਾ ਐ ਤਾਂ ਉਸਨੂੰ ਇਹ ਗੱਲ ਕਹਿ ਕੇ ਟਾਲ ਦਿਓ ਕਿ ਆਪਾਂ ਕੀ ਕਰ ਸਕਦੇ ਹਾਂ ਜੇਕਰ ਉਹ ਇਨਸਾਨ ਨਾਲ ਇੰਜ ਹੋਇਆ, ਆਪਾਂ ਕੀ ਕਰ ਸਕਦੇ ਜੋ ਇਨਸਾਨ ਮਾੜਾ ਹੈ। ਸੋ ਇਸ ਲਈ ਕਦੇ ਵੀ ਨਕਾਰਾਤਮਕ ਇਨਸਾਨ ਦੀਆਂ ਗੱਲਾਂ ਨਾ ਸੁਣੋ, ਉਸ ਦੇ ਨਕਾਰਾਤਮਕ ਸਵਾਲਾਂ ਦੇ ਜਵਾਬ ਸਕਾਰਾਤਮਕ ਤਰੀਕੇ ਦੇ ਨਾਲ ਦਿਓ ਤਾਂ ਜੋ ਤੁਹਾਡੀ ਜ਼ਿੰਦਗੀ ਸਕਾਰਾਤਮਕ ਹੋ ਸਕੇ। ਜੇਕਰ ਤੁਹਾਡੇ ਮਨ ਵਿੱਚ ਇੱਕ ਨਕਾਰਾਤਮਕ ਵਿਚਾਰ ਆਉਂਦਾ ਹੈ ਤਾਂ ਉਸ ਦੇ ਬਰਾਬਰ 10 ਸਕਾਰਾਤਮਕ ਵਿਚਾਰ ਰੱਖ ਦਿਓ। ਜਿਵੇਂ ਕਿ ਇੱਕ ਮਾੜੀ ਚੀਜ਼ ਦੇ ਉੱਤੇ ਆਪਾਂ 1000 ਚੰਗੀਆਂ ਚੀਜ਼ਾਂ ਰੱਖ ਦਿੱਤੀਆਂ ਤਾਂ ਉਹ ਮਾੜੀ ਚੀਜ਼ ਉਹ ਚੰਗੀਆਂ ਚੀਜ਼ਾਂ ਦੇ ਵਿੱਚ ਦੱਬ ਕੇ ਰਹਿ ਜਾਵੇਗੀ, ਉਸਦਾ ਵਜੂਦ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਨਕਾਰਾਤਮਕ ਵਿਚਾਰ ਆਉਂਦਾ ਹੈ ਤਾਂ ਸਦਾ ਹੀ ਉਸ ਦੇ ਬਰਾਬਰ 10 ਸਕਾਰਾਤਮਕ ਨੈਗੇਟਿਵ ਵਿਚਾਰਾਂ ਦੇ ਬਰਾਬਰ 10 ਪੋਜ਼ਿਟਿਵ ਵਿਚਾਰ ਰੱਖ ਦਿਓ, ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਸਕਾਰਾਤਮਕਤਾ ਵਾਪਰਨੀ ਸ਼ੁਰੂ ਹੋ ਜਾਵੇਗੀ। ਜੇਕਰ ਤੁਹਾਨੂੰ ਇੰਝ ਲੱਗਦਾ ਰਹਿੰਦਾ ਕਿ ਤੁਹਾਨੂੰ ਕੋਈ ਬਿਮਾਰੀ ਹੈ ਜਾਂ ਤੁਹਾਨੂੰ ਕੋਈ ਬਿਮਾਰੀ ਹੋ ਜਾਏਗੀ, ਉਸ ਵਕਤ ਤੁਸੀਂ ਕੀ ਕਰਨਾ ਹੈ? ਉਸ ਵਕਤ ਤੁਸੀਂ ਗਹਿਰੀ ਸਵਾਸ ਲੈਣੀ ਹੈ ਅਤੇ ਜਿਸ ਵਜ੍ਹਾ ਦੇ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਉਹ ਡਰਪਣ ਪਿਆ ਹੈ, ਬਿਮਾਰੀ ਦਾ ਡਰਪਣ ਪਿਆ ਸੀ, ਉਸ ਨੂੰ ਅੱਖਾਂ ਮੀਚ ਕੇ ਦੇਖਣਾ ਹੈ ਵੀ ਤੁਸੀਂ ਕਿਸ ਚੀਜ਼ ਤੋਂ ਕਿਉਂ ਡਰ ਰਹੇ ਹੋ। ਜਦੋਂ ਤੁਹਾਨੂੰ ਕੋਈ ਵੀ ਕਾਰਨ ਨਾ ਲੱਭੇ ਤਾਂ ਆਪਣੇ ਆਪ ਨੂੰ ਇੱਕੋ ਗੱਲ ਕਹਿਣਾ ਹੈ, ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਜਿਸ ਨੇ ਮੈਨੂੰ ਤੰਦਰੁਸਤ ਸਰੀਰ ਦਿੱਤਾ ਹੈ ਅਤੇ ਮੈਂ ਤੰਦਰੁਸਤ ਹਾਂ ਅਤੇ ਤੰਦਰੁਸਤ ਰਹਾਂਗਾ, ਮੈਨੂੰ ਕੁਝ ਵੀ ਨਹੀਂ ਹੋਇਆ। ਸੋ ਆਪਣੀ ਜ਼ਿੰਦਗੀ ਦੇ ਵਿੱਚ ਨਕਾਰਾਤਮਕ ਵਿਚਾਰਾਂ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਉਸ ਦੇ ਬਰਾਬਰ ਸਕਾਰਾਤਮਕ ਵਿਚਾਰ ਰੱਖ ਦਿਓ, ਪੋਜ਼ਿਟਿਵ ਵਿਚਾਰ ਰੱਖ ਦਿਓ। ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੁਝ ਨਕਾਰਾਤਮਕ ਘਟਨਾਵਾਂ ਘਟ ਰਹੀਆਂ ਹਨ, ਤੁਹਾਡੀ ਜ਼ਿੰਦਗੀ 'ਚ ਵੀ ਨੈਗੇਟਿਵਿਟੀ ਹੈ, ਤਾਂ ਤੁਸੀਂ ਵੀ ਕਮੈਂਟਾਂ ਦੇ ਰਾਹੀਂ ਜਾਂ ਮੈਸੇਜ ਦੇ ਰਾਹੀਂ ਸਾਨੂੰ ਦੱਸ ਸਕਦੇ ਹੋ। ਤੁਹਾਡੀ ਜ਼ਿੰਦਗੀ ਦੇ ਵਿੱਚ ਮਨ ਦੀ ਰੀਪ੍ਰੋਗਰਾਮਿੰਗ ਜ਼ਰੂਰੀ ਹੈ। ਜਦੋਂ ਤੱਕ ਤੁਹਾਡੇ ਮਨ ਦੀ ਰੀਪ੍ਰੋਗਰਾਮਿੰਗ ਨਹੀਂ ਹੋ ਜਾਂਦੀ, ਤਦ ਤੱਕ ਤੁਸੀਂ ਨਕਾਰਾਤਮਕ ਵਿਚਾਰਾਂ ਤੋਂ ਖਿਆੜਾ ਨਹੀਂ ਛੁਡਾ ਸਕਦੇ, ਕਿਉਂਕਿ ਸਾਡੀ ਜ਼ਿੰਦਗੀ ਵਿੱਚ ਨਕਾਰਾਤਮਕ ਵਿਚਾਰ ਬਹੁਤ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਹਨ। ਸਾਡੇ ਬਜ਼ੁਰਗਾਂ ਤੋਂ, ਸਾਡੇ ਮਾਪਿਆਂ ਤੋਂ ਸਾਨੂੰ ਨਕਾਰਾਤਮਕ ਵਿਚਾਰ ਮਿਲਦੇ ਆ ਰਹੇ ਹਨ, ਸਮਾਜ ਤੋਂ ਨਕਾਰਾਤਮਕ ਵਿਚਾਰ ਮਿਲਦੇ ਆ ਰਹੇ ਹਨ।
अगर जिंदगी दे सुख चाहते तो मन की रीप्रोग्रामिंग अपने मन के विचार बदल सकते हो। अगर तुम इस कामयाब नहीं हो रहे तो कितना कितने प्रॉब्लम आ रही है, समस्या आ रही है, तो सब कमेंट कर सकते हो, मैसेज कर सकते हो, निजी तौर पर सा रबता कैम कर सकते हो। असं तो इन माड़े हालातों का इस नकारात्मक विचारों का हल तुम दसागे तो अपने जीवन जा उस तरीके ढाल सकते हो, तो जिंदगी बदल सकती है। अपनी जिंदगी को बदलने के लिए तुम्हें पहला कदम चकना ही पवेगा, तुम्हें सकारात्मकता वाल पॉजिटिविटी वाल अपने मुख को करना ही पवेगा ता जो तुम्हारी जिंदगी खूबसूरत हो सके। सो नकारात्मकता का खेड़ा छड़न के लिए, नकारात्मकता तो पिछा छड़ाने के लिए सकारात्मकता का सहारा लेना पवेगा, चंगी चीज़ों का सहारा लेना पवेगा। सो आज के लिए इन्ना ही, मिलते हैं फिर किसी नवे विषय नवे वीडियो के नाल, साडे नाल बने रहो, धन्यवाद।